ਸੁਣੇ ਸਾਈਆਂ ਦੀ ਬਤੀ ਦੇ ਵਿੱਚੋਂ ਸਾਈਆਂ ਨੇ ਕੁਰਾਨ ਪਾਕ ਦੀ ਬੇਹਰਮਤੀ ਕੀਤੀ ਆ ਸਾਰੇ ਮੌਲਵੀ ਸਾਰੇ ਮੁਸਲਮਾਨ ਮਤਾਲ ਮਸਜਿਦ ਦੇ ਅੱਗੇ ਇਕੱਠੇ ਹੋ ਤੁਸੀਂ ਨਾਸ਼ਤੇ ਕਰਨ ਦੇ ਭਾਰਾ ਬੈਠੇ ਮੁਸਲਮਾਨੀ ਕਾਹਦੀ ਆ ਤੁਹਾਡੇ ਵਿੱਚ ਤੁਹਾਨੂੰ ਤਾਂ ਮਰ ਜਾਣਾ ਚਾਹੀਦਾ ਸੀ ਆ ਸੜਕਾਂ ਬਲਾਕ ਹੋ ਜਾਣੀਆਂ ਚਾਹੀਦੀਆਂ ਸੀਗੀਆਂ ਅਗਰ ਕਾਨੂੰਨ ਉਹਨਾਂ ਨੂੰ ਅਰੈਸਟ ਨਹੀਂ ਕਰਦਾ ਤੇ ਫਿਰ ਸਾਰੇ ਬੰਦੇ ਇਕੱਠੇ ਹੋਏ ਹੋਏ ਇੱਥੇ ਇਤਜਾਜ ਕਰੋ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਾਰੇ ਇਤਜਾਜ ਕਰੋ ਆਣ ਕੇ।